can't be right. I do the same thing. I told you that. ਕੀ ਹਾਲ ਚਾਲ ਆ ਗਏ ਠੰਡ ਦੇ ਵਿੱਚ ਇੱਕ ਗਰਮ ਗਰਮ ਵੀਡੀਓ ਦੇ ਨਾਲ ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਹੋ ਕੀ ਰਿਹਾ ਹੈ ਪੰਜਾਬ ਦੇ ਬੱਚੇ ਕਿਹੜੇ ਪੁੱਠੇ ਕੰਮਾਂ 'ਚ ਲੱਗ ਗਏ ਨੇ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿਹੜਾ ਭੂਤ ਸਵਾਰ ਹੋ ਗਿਆ ਦੇਖੋ ਔਨਲਾਈਨ ਤੁਸੀਂ ਅਪਲੋਡ ਵੀਡੀਓ ਕਰਨੀ ਕੁਛ ਚੰਗੇ ਕੰਮ ਦੀ ਵੀਡੀਓ ਅਪਲੋਡ ਕਰੋ ਦੇਖੋ ਤੁਹਾਨੂੰ ਇੰਸਟਾਗ੍ਰਾਮ 'ਤੇ ਫੇਮ ਲੈਣ 'ਚ ਤੁਸੀਂ ਇੰਨੇ ਕੁ ਮਸ਼ਰੂਫ ਹੋਏ ਪਏ ਹੋ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਗੱਲ ਕੀ ਕਰ ਦਿੱਤੀ ਹੈ ਔਰ ਜਿਹੜੀ ਉਹ ਗੱਲ ਕੀਤੀ ਹੈ ਉਹ 100% ਗਲਤ ਹੈ ਉਹ ਇਫੈਕਟਿਵ ਚੀਜ਼ ਹੈ ਉਹ ਕਿਸੇ ਦੂਸਰੇ ਬੰਦੇ ਦੀ ਜ਼ਿੰਦਗੀ ਉੱਤੇ ਇਫੈਕਟ ਪਾਉਣ ਵਾਲੀ ਗੱਲ ਹੈ ਨਹੀਂ ਲੋਕੀ ਕੀ ਕਰਦੇ ਆ ਚੱਕਦੇ ਆ ਉਹੀ ਵੀਡੀਓ ਸਾਰੇ ਚੱਕ ਕੇ ਰੀਮਿਕਸ ਕਰ ਦਿੰਦੇ ਆ ਰੀਲ ਦਾ ਅਤੇ ਅਸੀਂ ਵੀ ਭਰਾਏ ਵਾਲੇ ਸਾਊਂਡ 'ਤੇ ਵੀਡੀਓ ਬਣਾਈ ਹੈ ਦੇਖੋ ਗੱਲ ਤਾਂ ਗਲਤ ਹੈ ਆ ਇੱਕ ਮੈਂ ਆ ਛੋਟੇ ਜਿਹੇ ਬੱਚੇ ਨੂੰ ਵਿਚਾਰੇ ਨੂੰ ਪਤਾ ਤਾਂ ਹੈ ਨਹੀਂ ਜੋ ਉਹਨੂੰ ਸਿਖਾਇਆ ਵੀਡੀਓ 'ਚ ਬੋਲੀ ਜਾ ਰਿਹਾ ਅਤੇ ਲਾਗੇ ਖੜੀ ਭੈਣ ਕਿਵੇਂ ਖੁਸ਼ ਹੋ ਰਹੀ ਹੈ ਜਿਵੇਂ ਬੜਾ ਮਹਾਨਤਾ ਦਾ ਅਵਾਰਡ ਮਿਲਣ ਵਾਲਾ ਯਾਰ ਦੇਖੋ ਸਹੀ ਬੋਲਣਾ ਕੀ ਹੈ ਯਾਰ ਸਮਝ ਨਹੀਂ ਆਉਂਦੀ ਲੋਕੀ ਪੈ ਕਿਹੜੇ ਕੰਮਾਂ 'ਚ ਗਏ ਆ ਥੋੜ੍ਹੀ ਜਿਹੀ ਤਾਂ ਮਿਹਨਤ ਕਰੋ ਯਾਰ ਬੱਚਿਆਂ ਨੂੰ ਇਹੋ ਜਿਹੇ ਕੰਮ ਸਿਖਾ ਰਹੇ ਨੇ ਚਲੋ ਅੱਗੇ ਵੀ ਦੇਖਦੇ ਹਾਂ ਇੱਕ ਕੌਲ ਜੱਟ ਨੂੰ ਬੇਗਾਨਾ ਕਰ ਗਈ ਆ ਸੁੱਤਾ ਪਿਆ ਛੱਡ ਕੇ ਕੈਨੇਡਾ ਚੜ ਗਈ ਆ ਸਦਕੇ ਨਹੀਂ ਤੇਰੇ ਆ ਫਿਊਚਰ ਥੌਟ ਦੇ ਸਾਡੀ ਰਹਿੰਦੀ ਜ਼ਿੰਦਗੀ ਭਾਂਡੇ ਚ ਵੜ ਗਈ ਦੇਖ ਲਾਂਗੇ ਤੈਨੂੰ ਨੋਟਾਂ ਨਾਲੇ ਲੱਦੀ ਨੂੰ ਮਾਫੀ ਉਹ ਬੜੀਆਂ ਆਸਾਨਾਂ ਨਹੀਂ ਨਾ ਕੁੜੀਆਂ ਨੂੰ ਹੋਸਟਲ ਵਿੱਚ ਪੜ੍ਹ ਭੇਜਦੇ ਤੇ ਹੋਰ ਵੀ ਕਈ ਕਮਾਂ ਨੂੰ ਕੁੜੀਆਂ ਨੂੰ ਭੇਜਦੇ ਯਾਨੀ ਕਿ ਅੱਜ ਜ਼ਮਾਨੇ 'ਚ ਯਾਰ ਸਭ ਨੂੰ ਬਰਾਬਰ ਦੇਖਿਆ ਜਾ ਰਿਹਾ ਪਰ ਆ ਕੀ ਹੋ ਰਿਹਾ ਸੂਟੇ ਤੇ ਸੂਟੇ ਪੇਪਰ ਦੇ ਪੇਪਰ ਯਾਰ ਕਿਹੜੇ ਪਾਸੇ ਚੱਲ ਗਿਆ ਯਾਰ ਪੰਜਾਬ ਕੁੜੀਆਂ ਵੀ ਇਹ ਕੰਮ ਲੱਭ ਪਈਆਂ ਕਰ ਮੁੰਡਿਆਂ ਨੇ ਤਾਂ ਕੋਈ ਕਮੀ ਛੱਡੀ ਨਹੀਂ ਸੀ ਲੇਕਿਨ ਕੁੜੀਆਂ ਵੀ ਲੱਭ ਪਈਆਂ ਸੂਟੇ ਖਿੱਚਣ ਮਾੜੇ ਹਾਲਾਤ ਪੰਜਾਬ ਦੇ ਕੀ ਕਹਾਂ ਸ਼ਬਦ ਹੀ ਨਹੀਂ ਹੈ ਯਾਰ ਹਾਲਾਤ ਬਹੁਤ ਮੰਦੇ ਅਸੀਂ ਉੱਥੇ ਹੀ ਹਾਂ ਲੇਕਿਨ ਦੁਨੀਆ ਬਹੁਤ ਅੱਗੇ ਚੱਲ ਗਈ ਹੋਰ ਜ਼ਰੂਰੀ ਗੱਲ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਅੱਜ ਤੋਂ 15-20 ਦਿਨ ਪਹਿਲਾਂ ਮੈਂ ਯੂਟਿਊਬ ਦੇਖ ਰਿਹਾ ਸੀ ਅਤੇ ਇੱਕ ਪੰਜਾਬ ਨਿਊਜ਼ ਕਰਕੇ ਯੂਟਿਊਬ ਚੈਨਲ ਹੈਗਾ ਦੈਨ ਉੱਥੇ ਮੈਨੂੰ ਇੱਕ ਵੀਡੀਓ ਮਿਲਦੀ ਹੈ ਅਤੇ ਕੀ ਹੁੰਦਾ ਕਿ ਉੱਥੇ ਇੱਕ ਬੰਦਾ ਹੁੰਦਾ ਹੈ ਅਤੇ ਉਹਦਾ ਇੰਟਰਵਿਊ ਲਿਆ ਜਾ ਰਿਹਾ ਇੰਟਰਵਿਊ ਨਹੀਂ ਹੈਗਾ ਉਹ ਤੋਂ ਜਾ ਕੇ ਪੁੱਛਿਆ ਜਾ ਰਿਹਾ ਦੈਨ ਉਹਦਾ ਕਹਿਣਾ ਕਿ ਉਹਨੇ ਬਹੁਤ ਵੱਡੇ ਵੱਡੇ ਸਿੰਗਰ ਨੂੰ ਆਪਣੇ ਗਾਣੇ ਦਿੱਤੇ ਆ ਅਤੇ ਗਾਣੇ ਦਿੱਤੇ ਆ ਉਹਨੇ ਅਤੇ ਮਤਲਬ ਕਿ ਸਿੰਗਰ ਕਹਿੰਦੇ ਕਿ ਜਦੋਂ ਗਾਣਾ ਹਿੱਟ ਹੋ ਗਿਆ ਯਾਨੀ ਕਿ ਮਤਲਬ ਕਿ ਗਾਣੇ ਨੂੰ ਥੋੜ੍ਹੇ ਲਾਈਕ ਜਾਂ ਸ਼ੇਅਰਸ ਮਿਲੇ ਅਤੇ ਦੈਨ ਉਹਨੂੰ ਪੈਸੇ ਦੇਣਗੇ ਯਾਨੀ ਕਿ ਉਹਨੇ ਆਪਣਾ ਗਾਣਾ ਇੱਕ ਹਿਸਾਬ ਦਾ ਦਿੱਤਾ ਅਤੇ ਬੰਦਾ ਵਿਚਾਰਾ ਬਹੁਤ ਗਰੀਬ ਹੈ ਉਹ ਅਤੇ ਉਹਨੇ ਜਿਹੜਾ ਕਿ ਸਾਫ਼ ਸਾਫ਼ ਇਲਜ਼ਾਮ ਵੀ ਕੀ ਕਿਹਾ ਜਾ ਸਕਦੀ ਉਸਦਾ ਕਹਿਣਾ ਕਿ ਐਮੀ ਵਰਕ ਅਤੇ ਹੋਰ ਜੀ ਖਾਨ ਵਰਗੇ ਵੱਡੇ ਸਿੰਗਰਾਂ ਨੇ ਉੱਤੋਂ ਗਾਣੇ ਲਏ ਪਰ ਉਹਨਾਂ ਨੇ ਗਾਏ ਵੀ ਹੈਗੇ ਆ ਅਤੇ ਦੈਨ ਉਹਦਾ ਨਾਮ ਨਹੀਂ ਵਿੱਚ ਨਾ ਗਾਣੇ ਦੇ ਲਿਆ ਅਤੇ ਨਾ ਹੀ ਉਹਨੂੰ ਕੋਈ ਮਤਲਬ ਕਿ ਪੈਸੇ ਵਗੈਰਾ ਦਿੱਤੇ ਹੁਣ ਦੇਖੋ ਐਮੀ ਵਿਰਕ ਤੱਕ ਦੀ ਗੱਲ ਹੈ ਅਤੇ ਮੈਂ ਕਿਹਾ ਯਾਰ ਬੰਦਾ ਤਾਂ ਕਾਫੀ ਤਕੜਾ ਅਤੇ ਇਹਦੇ ਤੱਕ ਜਿਹੜੀ ਅਸੀਂ ਆਪਣੀ ਛਾਣਬੀਣ ਹੈ ਥੋੜ੍ਹੀ ਵਧੀਆ ਤਰੀਕੇ ਨਾਲ ਕਰਨੀ ਪੈਣੀ ਹੈ ਕਿਉਂਕਿ ਇੱਕ ਵੱਡਾ ਸਟਾਰ ਆ ਉਹਦੇ ਬਾਰੇ ਬੋਲਣਾ ਬੋਲਣ 'ਚ ਥੋੜ੍ਹੀ ਜਿਹੀ ਦਿੱਕਤ ਹੁੰਦੀ ਹੈ ਕਿਉਂਕਿ ਦੈਨ ਅਸੀਂ ਐਵੇਂ ਕਿਸੇ ਸਟਾਰ 'ਤੇ ਹੈ ਨਾ ਆਰੋਪ ਲਗਾ ਲਈਏ ਪਰ ਜਦੋਂ ਮੈਂ ਵੀਡੀਓ ਦੀ ਪੂਰੀ ਛਾਣਬੀਣ ਕੀਤੀ ਚੈੱਕ ਕੀਤਾ ਉਹਨਾਂ ਬੰਦਿਆਂ ਨਾਲ ਗੱਲ ਕੀਤੀ ਅਤੇ ਵੀਡੀਓ 100% ਸਹੀ ਸੀ ਹੁਣ ਤੁਹਾਨੂੰ ਮੈਂ ਵੀਡੀਓ ਦੇਖਿਓ ਸਾਡੇ ਵਾਰੀ ਤੇ ਲੱਗਦਾ ਤੂੰ ਮੌਲਾ ਸੁੱਤਾ ਹੀ ਰਹਿ ਗਿਆ ਅੱਲਾ ਵੇ ਅੱਲਾ ਵੇ ਕਾਫੀ ਗਾਇਕਾਂ ਨੂੰ ਗਾਣੇ ਲਿਖ ਕੇ ਦਿੱਤੇ ਕਿਹੜੇ ਕਿਹੜੇ ਇਹੋ ਜਿਹੇ ਗਾਇਕ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਤੁਸੀਂ ਗਾਣੇ ਲਿਖ ਕੇ ਦਿੱਤੇ ਨੇ ਹਾਂਜੀ ਐਮੀ ਵਿਰਕ ਹੋ ਗਏ ਕੁਲਵਿੰਦਰ ਬਿੱਲਾ ਜੀ ਹੋ ਗਏ ਜੀ ਖਾਨ ਹੋ ਗਏ ਕਾਫੀ ਆਰਟਿਸਟ ਨੇ ਜਿਨ੍ਹਾਂ ਨਾਲ ਮਤਲਬ ਕਿ ਗਾਣੇ ਮੇਰੇ ਦੋਸਤਾਂ ਨੇ ਦਿੱਤੇ ਮੈਂ ਵੀ ਕੁਛ ਲਿਖੇ ਨੇ ਮੈਨੂੰ ਕਿਸੇ ਗਾਣੇ ਦਾ ਕੁਛ ਨੇ ਮੁੱਲ ਤਾਂ ਕੁਛ ਨਹੀਂ ਦਿੱਤਾ ਨਹੀਂ ਹੈ ਪੈਸੇ ਵਗੈਰਾ ਕੁਛ ਨਹੀਂ ਬਸ ਗਾਣੇ ਰੱਖ ਲੈਂਦੇ ਆ ਅਤੇ ਸਟੇਜਾਂ 'ਤੇ ਗਾਏ ਵੀ ਆ ਕਾਫੀ ਉਹਨਾਂ ਨੇ ਅਤੇ ਪਰ ਨਾਂ ਵੀ ਨਹੀਂ ਪਾਇਆ ਉਹਨਾਂ ਨੇ ਅਤੇ ਬਸ ਜੀ ਇੱਦਾਂ ਹੀ ਚੱਲਦੇ ਚਿਕਾਲਾ ਖੂ ਉਹ ਦਿਲ ਸਾਡਾ ਟੁੱਟਿਆ ਟੁੱਟਿਆ ਟੁੱਟੇ ਹੀ ਰਹਿ ਗਿਆ ਉਹ ਸਾਡੇ ਵਾਰੀ ਤੇ ਲੱਗਦੇ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਸਾਡੇ ਵਾਰੀ ਤੇ ਲੱਗਦੇ ਮੌਲਾ ਸੁੱਤਾ ਹੀ ਰਹਿ ਗਿਆ ਹਾਂ ਸਾਡੇ ਵਾਰੀ ਤੇ ਲੱਗਦੇ ਤੂੰ ਮੌਲਾ ਸੁੱਤਾ ਹੀ ਰਹਿ ਗਿਆ ਹਾਂ ਸਾਡੇ ਵਾਰੀ ਤੇ ਲੱਗਦੇ ਤੂੰ ਦਾਤਾ ਸੁੱਤਾ ਹੀ ਰਹਿ ਗਿਆ ਪੈਸੇ ਦੀ ਗੱਲ ਹੁੰਦੀ ਹੈ ਜਾਂ ਕਹਿ ਦਿੰਦੇ ਨੇ ਵੀ ਗਾਣੇ ਦੇ ਦਿਓ ਜਦੋਂ ਹਿੱਟ ਹੋ ਗਿਆ ਫਿਰ ਦੇਖਾਂਗੇ ਹਾਂਜੀ ਹਾਂਜੀ ਇੱਦਾਂ ਕਹਿੰਦੇ ਵੀ ਇੱਕ ਵਾਰੀ ਤੁਸੀਂ ਸੁਣਾ ਦਿਓ ਜੇ ਸਾਨੂੰ ਚੰਗਾ ਲੱਗਿਆ ਅਸੀਂ ਕਰ ਦਾਂਗੇ ਜਦੋਂ ਹਿੱਟ ਹੋਇਆ ਫਿਰ ਤੁਹਾਨੂੰ ਕੁਛ ਨਾ ਕੁਛ ਦੇ ਦਾਂਗੇ ਬਸ ਇੱਦਾਂ ਸੈਂਡ ਕਰਵਾ ਲੈਂਦੇ ਉਸ ਤੋਂ ਬਾਅਦ ਕੋਈ ਰਿਸਪੌਂਸ ਆਉਂਦਾ ਹੀ ਨਹੀਂ ਇਹੋ ਜਿਹਾ ਗਾਇਕ ਹੈਗਾ ਜਿਹਨੇ ਗਾਣਾ ਸੈਂਡ ਕਰਵਾ ਲਿਆ ਬਾਅਦ 'ਚ ਪੈਸੇ ਦਿੱਤੇ ਹੁਣ ਹਾਂਜੀ ਕਾਫੀ ਹੈਗੇ ਆ ਜੀ ਆਪਣਾ ਇੱਧਰੋਂ ਐਮੀ ਹੋ ਗਿਆ ਐਮੀ ਵਿਰਕ ਜੀ ਹੋ ਗਏ ਗਾਂ ਦੀ ਗਾਂ ਥਰੂ ਹੋਇਆ ਸੀ ਗਾਣਾ ਅਤੇ ਕੁਲਵਿੰਦਰ ਬਿੱਲਾ ਜੀ ਇੱਦਾਂ ਸਾਰੇ ਪਤਾ ਨੀ ਰੱਬ ਕਿਹੜਿਆ
पता नहीं रब केड़िया रंगा विच राजी हो। ऐदा ही काफी आर्टिस्ट है ने, चलो मैं नाम नहीं लगा, ऐदा ही करते ने। मान लो हम थोड़े तो गाना लै लिया, उन्होंने किसी का होर का नाम पा के नाल दी नाल चलो भी उन्होंने चला आंदे आ, ਉਹਦਾ ਨਾਮ ਨਹੀਂ ਆਉਂਦਾ ਜਿਹੜਾ ਮਤਲਬ ਕਿ ਜਿਹਦਾ ਗਾਣਾ ਲਿਖਿਆ ਹੁੰਦਾ, ਜਿਹਨੇ ਦੀ ਇੰਨੀ ਮਿਹਨਤ ਕੀਤੀ ਹੁੰਦੀ। ਕਾਫੀ ਆਰਟਿਸਟ ਇਦਾਂ ਹੀ ਕਰਦੇ, ਗਾਣਾ ਕਿਸੇ ਹੋਰ ਦਾ, ਨਾਮ ਕਿਸੇ ਹੋਰ ਦਾ, ਇਦਾਂ ਪਾ। ਕਈਆਂ ਕੋਲੇ ਮਹੱਲ, ਕਈਆਂ ਦੇ ਕੁੱਲੀ ਵੀ ਨਹੀਂ, ਉਹ ਕਈ ਵਾਰੀ ਤੇ ਜੀ ਖਾਨ ਦੇ ਨਾਲ ਉਹ ਮੇਰਾ ਦੋਸਤ ਬੈਕਪੋਰਟ ਤੇ ਜਾਂਦਾ ਹੁੰਦਾ ਸੀਗਾ, ਤੇ ਉਹਨੇ ਉਹਨੂੰ ਗਾਣਾ ਦਿੱਤਾ ਸੀ $3 ਜਿਹੜਾ ਆਇਆ ਸੀਗਾ, ਬਾਹਾਂ ਵੱਢਦੇ ਮਰ ਜਾਣਾ ਸੀ ਉਹ ਗਾਣਾ ਸੀਗਾ, ਉਹਨਾਂ ਨੇ ਦਿੱਤਾ। ਤੇ ਉਦੋਂ ਵੀ ਕੋਈ ਨਾਂ ਨੀ ਬੋਲਿਆ ਉਹਦਾ, ਉਹਨੇ ਸਟੇਜ ਤੇ ਗਾਤਾ ਜੀ ਖਾਨ ਜੀ ਨੇ ਗਾਤਾ, ਤੇ ਬਟ ਉਹਨਾਂ ਦਾ ਕੋਈ ਨਾਮ ਨੀ ਬੋਲਿਆ, ਨਾ ਕੋਈ ਮੇਰਾ ਨਾਮ ਆਇਆ, ਨਾ ਉਹਨਾਂ ਨੂੰ ਕੋਈ ਪੈਸੇ ਵਗੈਰਾ ਕੁਛ ਨੀ ਦਿੱਤਾ। ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਹੋ। ਤੁਸੀਂ ਸਾਫ਼ ਸਾਫ਼ ਸੁਣ ਰਹੇ ਹੋ, ਇਹ ਬੰਦਾ ਆਪਣੀ ਜੋ ਇਹਦੇ ਨਾਲ ਆਪ ਬੀਤੀ ਕਹਾਣੀ ਹੈ, ਵੱਡੇ ਵੱਡੇ ਸਟਾਰਾਂ ਨੇ ਇਹਨੇ ਕੀਤੀ ਹੈ। ਤੇ ਮੈਂ ਤਾਂ ਯਾਰ ਤੁਹਾਨੂੰ ਇਹੀ ਕਹਿਣਾ ਚਾਹਾਂਗਾ, ਉਹਦੀ ਸਪੋਰਟ ਨਹੀਂ ਹੋਈ, ਭਾਵੇਂ ਉਹਨੇ ਗਾਣੇ ਦਿੱਤੇ ਹੋਣ ਨਾ ਦਿੱਤੇ ਹੋਣ, ਉਹਦੀ ਸਪੋਰਟ ਯਾਰ ਨਹੀਂ ਹੋਈ, ਬਲਕਿ ਸਪੋਰਟ ਕਰਨੀ ਚਾਹੀਦੀ ਸੀਗੀ। ਹੁਣ ਮੈਂ ਤੁਹਾਨੂੰ ਇਹੀ ਗੱਲ ਸਮਝਾ ਰਿਹਾ ਕਿ ਇਹ ਸਭ ਮਤਲਬੀ ਲੋਕ ਨੇ, ਜੋ ਤੁਹਾਨੂੰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲ ਰਹੇ ਨਾ, ਸਾਰੇ ਦੇ ਸਾਰੇ ਮਤਲਬੀ ਲੋਕ ਨੇ। ਤੁਸੀਂ ਇਹਨਾਂ ਦੀ ਵੀਡੀਓ ਨੂੰ ਲਾਈਕ ਕਰਦੇ ਹੋ, ਇਹਨਾਂ ਨੂੰ ਸਪੋਰਟ ਕਰਦੇ ਹੋ, ਪਰ ਜਦੋਂ ਤੁਹਾਡੀ ਸਪੋਰਟ ਕਰਨ ਦੀ ਵਾਰੀ ਆਉਂਦੀ ਨਾ, ਮਤਲਬ ਕਿ ਤੁਹਾਨੂੰ ਸਪੋਰਟ ਕਰਨ ਦੀ ਵਾਰੀ ਆਉਂਦੀ ਹੈ, ਤਾਂ ਇਹ ਲੋਕ ਨਹੀਂ ਅੱਗੇ ਆਉਂਦੇ। ਇਹ ਲੋਕ ਤੁਹਾਨੂੰ ਜਾਣਦੇ ਵੀ ਨਹੀਂ, ਕਿਉਂਕਿ ਇਹਨਾਂ ਪਿੱਛੇ ਤਾਂ ਕਰੋੜਾਂ ਦੀ ਜਨਤਾ ਲੱਗੀ ਹੁੰਦੀ ਹੈ, ਤੁਹਾਨੂੰ ਕਿਵੇਂ ਪਹਿਚਾਨਣ? ਹਾਲਾਂਕਿ ਇਹ ਨਹੀਂ ਯਾਦ ਕਰਦੇ, ਤੁਸੀਂ ਇੱਕ ਇੱਕ ਨੇ ਮਿਲ ਕੇ ਇਹਨਾਂ ਪਿੱਛੇ ਕਰੋੜਾਂ ਜਨਤਾ ਇਕੱਠੀ ਕੀਤੀ ਹੈ, ਲੇਕਿਨ ਜਦੋਂ ਤੁਹਾਡੀ ਇੱਕ ਦੀ ਵਾਰੀ ਆਉਂਦੀ ਨਾ, ਇਹ ਨਹੀਂ ਕਰਾਉਂਦੇ ਤੇ ਚੱਲ ਜਾਂਦੇ ਆ, ਫਿਰ ਕਿਸਾਨੀ ਮੋਰਚੇ 'ਤੇ ਜਾਂਦੇ ਆ, ਇਹੋ ਜਿਹੇ ਫੇਮ ਲੈਣ ਜਾਂਦੇ ਆ, ਫੇਮ ਲੈਣ ਉੱਥੇ ਜਾਂਦੇ ਕਿ ਅਸੀਂ ਵੀ ਪੁੱਜੇ ਹਾਂ ਅੱਜ ਇੱਥੇ। ਹਾਲਾਂਕਿ ਇਹਨਾਂ ਦੇ ਕਰਨ ਨਾਲ ਕੁਝ ਨਹੀਂ ਹੋਇਆ, ਕਿਸਾਨਾਂ ਕਰਕੇ ਉੱਥੇ ਜਿਹੜੇ ਕਿ 3 ਕਾਲੇ ਕਾਨੂੰਨ ਰੱਦ ਹੋਏ ਆ। ਹਾਲਾਂਕਿ ਇਹ ਵੀ ਜਾਂਦੇ ਆ ਉੱਥੇ ਕਿ ਅਸੀਂ ਆਏ ਹਾਂ ਭਾਈ ਕਿਸਾਨਾਂ ਦੀ ਸਪੋਰਟ ਕਰਨ, 2 ਗੁਲੀਆਂ ਸਪੋਰਟਾਂ ਲੈ ਕੇ ਪਹੁੰਚ ਜਾਂਦੇ ਆ। ਹਾਲਾਂਕਿ ਜਦੋਂ ਉਸ ਬੰਦੇ ਦੀ ਸਪੋਰਟ ਕਰਨ ਦੀ ਗੱਲ ਸੀ, ਇਹਨਾਂ ਨੇ ਸਪੋਰਟ ਨਹੀਂ ਕੀਤੀ। ਯਾਰ ਮੇਰੀ ਤਾਂ ਐਮੀ ਵੀਰੇ ਨੂੰ ਰਿਕੁਐਸਟ ਹੈ, ਯਾਰ ਤੂੰ ਐਂ ਕਿਉਂ ਕੀਤਾ? ਯਾਰ ਜੇ ਤੂੰ ਡੈਨ ਇਹ ਤੋਂ ਗਾਣੇ ਲਏ ਸੀ, ਬੰਦੇ ਨੂੰ ਥੋੜ੍ਹੇ ਪੈਸੇ ਦੇ ਦਿੰਦਾ, ਯਾਰ ਹਾਲਾਤ ਦੇਖੋ ਦੀ ਕਰਦੇ, ਮਾੜੀ ਗੱਲ ਨੇ ਯਾਰ। ਇਸ ਲਈ ਕਿਸੇ ਵੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ, ਲਾਈਕ ਕਰਨ ਤੋਂ ਪਹਿਲਾਂ ਸੋਚਿਆ ਕਰੋ ਕਿ ਇਹ ਲੋਕ ਤੁਹਾਡੇ ਹੈਗੇ ਆ ਜਾਂ ਦਿਲ ਦੇ ਸੱਚੇ ਆ ਜਾਂ ਨਹੀਂ। ਮੈਂ ਹੋਰ ਵੀ ਇੱਦਾਂ ਦੀਆਂ ਕੁਛ ਇੰਟਰਸਟਿੰਗ ਅਤੇ ਅਮੇਜ਼ਿੰਗ ਫੈਕਟ ਵਾਲੀਆਂ ਚੀਜ਼ਾਂ ਤੁਹਾਡੇ ਕੋਲ ਲੈ ਕੇ ਆਉਂਦਾ ਰਹਾਂਗਾ। ਜੇ ਤੁਹਾਨੂੰ ਵੀਡੀਓਸ ਅੱਛੀ ਲੱਗਦੀ ਹੈ ਜਾਂ ਸਾਡਾ ਕੰਮ ਅੱਛਾ ਲੱਗਦਾ, ਤਾਂ ਤੁਸੀਂ ਸਾਨੂੰ ਲਾਈਕ ਕਰ ਸਕਦੇ ਹੋ, ਅਤੇ ਮੈਨੂੰ ਇੰਸਟਾਗ੍ਰਾਮ 'ਤੇ ਤੁਸੀਂ ਇੱਦਾਂ ਦੀਆਂ ਕੁਝ ਹੋਰ ਵੀਡੀਓ ਵੀ ਸ਼ੇਅਰ ਕਰ ਸਕਦੇ ਹੋ, ਜਿਵੇਂ ਕਿਸੇ ਨਾਲ ਬਹੁਤ ਹੀ ਮਤਲਬ ਗਲਤ ਹੋਇਆ ਹੋਵੇ, ਜਿਸ ਬੰਦੇ ਨੂੰ ਸਪੋਰਟ ਦੀ ਜ਼ਰੂਰਤ ਹੋਵੇ, ਅਸੀਂ ਉਹਨੂੰ ਜ਼ਰੂਰ ਵੀਡੀਓ 'ਚ ਲੈ ਕੇ ਆਵਾਂਗੇ, ਅਤੇ ਜ਼ਰੂਰ ਉਸ ਬਾਰੇ ਗੱਲ ਕਰਾਂਗੇ ਅਤੇ ਰਿਕੁਐਸਟ ਵੀ ਕਰਾਂਗੇ। ਸੋ ਪਲੀਜ਼ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਦਿਓ, ਤਾਂ ਜੋ ਆਉਣ ਵਾਲੇ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਮਿਲਦੇ ਆਪਣੀ ਅਗਲੀ ਵੀਡੀਓ 'ਚ।